मेरे वालों सारे प्यार भरी सत श्रीकाल। लोहड़ी आ रही है, अज आपां बनाउण जा रहे हैं अपनी रसोई दे विच तिलां दीआं पिन्नियां। जदों पुराने समय विच, पहले समय विच जदों भी लोहड़ी आउंदी सी तां घर घर विच बीबियां, दादियां, मम्मियां तिलां दीआं पिन्नियां जरूर बनाउंदियां सन। बड़े चाअ नाल खादियां जांदियां सन। साडे वी मेरी दादी बनाउंदी हुंदी सी, असीं वी बड़े चाअ नाल छोटे हुंदे खांदे हुंदे सी। ਉਹੀ ਪਿੰਨੀਆਂ ਅੱਜ ਆਪਾਂ ਬਣਾਉਣ ਜਾ ਰਹੇ ਹਾਂ। ਅਸਲੀ ਪਿੰਨੀਆਂ ਬਣਾਉਣ ਦੇ ਲਈ ਸਿਰਫ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ। ਇੱਕ ਤਾਂ ਦੇਖੋ ਘਿਓ ਹੁੰਦਾ ਹੈ, 1-2 ਚਮਚੇ ਘਿਓ ਦੇ ਪਾ ਲਓ। ਮੈਂ 250 ਗ੍ਰਾਮ ਤਿਲ ਲਏ ਨੇ, 250 ਗ੍ਰਾਮ ਮੈਂ ਲਿਆ ਹੈ ਗੁੜ। ਜਿੰਨੇ ਤਿਲ ਉਨਾ ਹੀ ਗੁੜ ਲਿਆ। ਤਿਲ ਤੁਸੀਂ ਕੋਈ ਵੀ ਲੈ ਸਕਦੇ ਹੋ, ਵਾਈਟ ਵੀ ਲੈ ਸਕਦੇ ਹੋ, ਬਰਾਊਨ ਵੀ ਲੈ ਸਕਦੇ ਹੋ, ਮਿਕਸ ਕਰਕੇ ਵੀ ਲੈ ਸਕਦੇ ਹੋ। ਤੇ ਹੁਣ ਆਪਾਂ ਬਣਾਉਣ ਲਈ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਤਿਲਾਂ ਨੂੰ ਰੋਸਟਡ। ਬਹੁਤ ਤਿਲਾਂ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ, ਪਰ ਇਹ ਗਰਮ ਹੁੰਦੇ ਨੇ, ਖਾਧੇ ਜਾਂਦੇ ਨੇ ਸਰਦੀਆਂ ਵਿੱਚ। ਲਓ ਜੀ, ਇਹਨਾਂ ਨੂੰ ਆਪਾਂ ਨੇ ਥੋੜ੍ਹਾ ਜਿਹਾ ਬਰਾਊਨ ਹੋਣ ਤੱਕ 5 ਕੁ ਮਿੰਟ ਰੋਸਟਡ ਕਰਨਾ ਹੈ। ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ, ਜ਼ਰੂਰ ਖਾਣੇ ਚਾਹੀਦੇ ਆ ਸਰਦੀਆਂ ਵਿੱਚ। ਪੁਰਾਣੇ ਸਮੇਂ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਿਆ ਕਰਦੇ ਸੀ, ਪਰ ਹੁਣ ਦੀ ਪਨੀਰ ਇਹਨਾਂ ਨੂੰ ਭੁੱਲਦੀ ਜਾ ਰਹੀ ਹੈ। ਤਿਲ ਆਪਾਂ ਨੇ 5 ਮਿੰਟ ਰੋਸਟਡ ਕਰ ਲਏ ਆ। ਆਹ ਦੇਖੋ, ਇਹ ਭੁੱਜ ਚੁੱਕੇ ਆ, ਬਰਾਊਨ ਬਰਾਊਨ ਜੇ ਹੋ ਗਏ ਆ, ਤੇ ਇਹਨਾਂ ਵਿੱਚੋਂ ਆਵਾਜ਼ ਵੀ ਆਉਂਦੀ ਤੜਕ ਤਿੜਕਦੀ ਕਿਤੇ ਕਿਤੇ। ਤੇ ਹੁਣ ਆਪਾਂ ਨੇ ਇਹਨਾਂ ਨੂੰ ਉਹਦੇ ਵਿੱਚ ਕੱਢ ਲੈਣਾ ਆ ਪਲੇਟ ਵਿੱਚ। ਉਸ ਤੋਂ ਬਾਅਦ ਪਾਵਾਂਗੇ ਆਪਾਂ ਗੁੜ। ਇਹਨਾਂ ਨੂੰ ਤਿਲਾਂ ਦੀਆਂ ਪਿੰਨੀਆਂ ਨੂੰ ਬਣਾਉਣ ਦੇ ਲਈ ਸਿਰਫ 3 ਚੀਜ਼ਾਂ ਦੀ ਲੋੜ ਹੁੰਦੀ ਆ। ਅਸਲੀ ਪਿੰਨੀਆਂ, ਤਿਲ, ਗੁੜ ਐਂਡ ਘਿਓ। ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਇਹਨਾਂ ਵਿੱਚ, ਇਹ ਜ਼ਰੂਰ ਖਾਣੇ ਚਾਹੀਦੇ ਆ ਸਰਦੀਆਂ ਸਰਦੀਆਂ। ਲੋਹੜੀ ਆ ਰਹੀ ਹੈ, ਤੁਸੀਂ ਵੀ ਬਣਾਇਓ ਜ਼ਰੂਰ। ਲਓ ਜੀ, ਆਪਾਂ ਇਹਨਾਂ ਨੂੰ ਪਲੇਟ ਵਿੱਚ ਕੱਢਦੇ ਹਾਂ। ਲਓ ਜੀ, ਠੰਡੇ ਹੋਣ ਦੇ ਲਈ। ਲਓ ਜੀ, ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਘਿਓ। ਬਸ ਚਮਚਕ ਘਿਓ ਦਾ ਪਾ ਲਓ, ਸਿਰਫ ਆਪਾਂ ਗੁੜ ਮੈਲਟ ਕਰਨਾ ਆ। ਲਓ ਜੀ, ਤੇ ਘਿਓ ਆਪਣਾ ਸਿਰਫ ਸਾਰਾ ਕੁਛ ਕਰਨਾ ਮੀਡੀਅਮ ਲੋ ਫਲੇਮ ਤੇ। ਤਿਲ ਵੀ ਮੀਡੀਅਮ ਲੋ ਫਲੇਮ ਤੇ ਭੁੰਨਣੇ ਆ, ਤੇ ਨਹੀਂ ਆਪਣੇ ਤਿਲ ਸੜ ਜਾਣਗੇ, ਫਿਰ ਟੇਸਟ ਨਹੀਂ ਰਹਿੰਦਾ ਉਹਨਾਂ ਦਾ ਵਧੀਆ ਪਿੰਨੀਆਂ ਦਾ। ਤੇ ਆਪਾਂ ਨੇ ਜਿਹੜਾ ਗੁੜ ਮੈਲਟ ਕਰਨਾ, ਇਹ ਵੀ ਲੋ ਫਲੇਮ ਤੇ, ਮੀਡੀਅਮ ਲੋ ਫਲੇਮ ਕਰ ਲਿਓ। ਆਹ ਗੁੜ ਆਪਣਾ ਮੈਲਟ ਹੋ ਚੁੱਕਿਆ ਆ, ਤੇ ਇਹ ਆਪਾਂ ਨੇ ਇਹਦੀ ਸਿਰਫ ਇਹਦਾ ਗੁੜ ਦਾ ਤਾਪਮਾਨ ਆਪਾਂ ਨੇ ਸਾਂਭਣਾ ਆ। ਜਦੋਂ ਇਹਦੇ ਉੱਤੇ ਬੱਬਲ ਜੇ ਲੱਗ ਜਾਣ, ਹੁਣ ਮੰਨ ਲਓ ਤੁਹਾਡਾ ਗੁੜ ਨਾ ਉਹਦੇ ਲਈ ਪਿੰਨੀਆਂ ਲਈ ਤਿਆਰ ਹੋ ਗਿਆ ਆ, ਹਨਾ। ਇਹਨੂੰ ਆਪਾਂ ਨੇ ਜ਼ਿਆਦਾ ਵੀ ਨਹੀਂ ਪਕਾਉਣਾ ਹੈਗਾ ਗੁੜ ਨੂੰ, ਕਿਉਂਕਿ ਆਪਣੀ ਪਿੰਨੀਆਂ ਸਖਤ ਹੋ ਜਾਣਗੀਆਂ। ਜੇ ਪਿੰਨੀਆਂ ਸਖਤ ਹੋ ਗਏ ਫਿਰ ਖਾਣ ਯੋਗ ਨਹੀਂ ਰਹਿੰਦੀਆਂ, ਤੇ ਗੁੜ ਨੂੰ ਨਰਮ ਵੀ ਨਹੀਂ ਰੱਖਣਾ। ਬਸ ਗੁੜ ਦੀ ਵਰਤ ਜ਼ਰੂਰ ਸਾਂਭਣੀ ਆਪਾਂ ਨੇ। ਲਓ ਜੀ, ਆਪਣਾ ਗੁੜ ਦੇਖੋ ਮੈਲਟ ਹੋ ਗਿਆ ਆ। ਦੇਖੋ ਕਾਲਾ ਕਾਲਾ ਜਿਹਾ ਵੀ ਹੋ ਚੱਲਿਆ, ਇਹ ਰੰਗ ਚੇਂਜ ਕਰ ਗਿਆ। ਅਤੇ ਬਸ ਇਹ ਤੋਂ ਜ਼ਿਆਦਾ ਵਰਤ ਨਹੀਂ ਚੜਾਉਣੀ ਹੈਗੀ। ਹੁਣ ਆਪਾਂ ਇਹਦੇ ਵਿੱਚ ਗੈਸ ਕਰ ਦੇਣੀ ਆ ਬੰਦ। ਆਪਾਂ ਨੇ ਜ਼ਿਆਦਾ ਕੋਈ ਕਤਾਰ ਦੀ ਚਾਸ਼ਣੀ ਨਹੀਂ ਬਣਾਉਣੀ ਹੈਗੀ, ਤਿਲ ਪਾ ਦੇਣੇ ਆ ਬਸ। ਮੈਂ 250 ਗ੍ਰਾਮ ਲਏ ਆ ਤਿਲ, 250 ਗ੍ਰਾਮ ਲਿਆ ਗੁੜ। ਬਸ ਇੱਕ ਜਾਂ ਬਰਾਬਰ ਮਾਤਰਾ ਵਿੱਚ ਹੋਣੇ ਚਾਹੀਦੇ। ਹੁਣ ਆਪਾਂ ਨੇ ਇਹਨਾਂ ਨੂੰ ਮਿਕਸ ਕਰ ਲੈਣਾ ਹੈ। ਇੱਕ ਅੱਧਾ ਚਮਚਾ ਘਿਓ ਦਾ ਪਾ ਲਿਓ ਵਿੱਚ, ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਫਟਾਫਟ ਪਿੰਨੀਆਂ ਵੱਟਣੀਆਂ। ਅਗਰ ਇਹ ਠੰਡਾ ਹੋ ਜਾਵੇ ਤਾਂ ਪਿੰਨੀਆਂ ਨਹੀਂ ਵੱਟੀਆਂ ਜਾਂਦੀਆਂ। ਅਗਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਪਿੰਨੀਆਂ ਬਣਾਉਣੀ ਹੈ ਤਾਂ ਜਿਵੇਂ ਤੁਹਾਡੇ ਘਰ ਕੋਈ ਹੈਲਪਰ ਹੁੰਦਾ, ਕੋਈ ਨਾਲ ਹੁੰਦੀ ਹੈ ਨਾ, ਭੈਣ ਕੋਈ ਦਰਾਣੀ ਜਠਾਣੀ, ਉਹਨੂੰ ਨਾਲ ਲਾ ਕੇ ਫਟਾਫਟ ਪਿੰਨੀਆਂ ਵੱਟ ਲਿਓ। ਅਤੇ ਮੈਂ ਤਾਂ ਥੋੜ੍ਹੀ ਜਿਹੀ ਮਾਤਰਾ ਵਿੱਚ ਬਣਾਈਆਂ, ਇਹ ਜਲਦੀ ਵੱਟ ਹੋ ਜਾਂਦੀਆਂ ਨੇ। ਫਿਰ ਜਲਦੀ ਵੱਟਾਂਗੇ ਤਾਂ ਇਹਨਾਂ ਦੀ ਵਰਤ ਸਹੀ ਆ ਜਾਂਦੀ, ਅਗਰ ਠੰਡਾ ਹੋ ਗਿਆ ਤਾਂ ਇਹਦੀਆਂ ਪਿੰਨੀਆਂ ਨਹੀਂ ਵੱਟੀਆਂ ਜਾਣੀਆਂ। ਲਓ ਜੀ, ਆਪਾਂ ਨੇ ਇੱਕ ਪਾਸੇ ਨੇ ਇਕੱਠਾ ਕਰ ਲੈਣਾ। ਆਹ ਦੇਖੋ, ਇੱਦਾਂ ਬਹੁਤਾ ਉਹ ਨਹੀਂ ਪਾਉਣਾ ਹੈਗਾ ਆਲੇ ਦੁਆਲੇ ਨੂੰ, ਕਿਉਂਕਿ ਇਹ ਠੰਡਾ ਹੋ ਜੂਗਾ। ਲਓ ਜੀ, ਆਪਾਂ ਹੁਣ ਇਹਨਾਂ ਨੂੰ ਇਹਨਾਂ ਦੀਆਂ ਪਿੰਨੀਆਂ ਵੱਟਦੇ ਹਾਂ।
लो जी अपना थोड़ा जिहा ठंडा हो गया, ज्यादा गर्म नहीं, इहनू हथ भी नहीं लगता हैगा ते ठंडा भी नहीं करना अपने, आपां थोड़ी जिहा इदां टुक टुक के कल्ले कल्लियां कर लैंदे आ, ते अपनियां पिन्नियां सौखियां आपां नूं वटणियां सौखियां रहिणगियां। ते नाले ना जी ज्यादा गरमैश आ इहनां विच, बहुत ज्यादा गर्म आ ते हवा जी निकली रहूगी। ਆਪਾਂ ਨੇ ਕੱਲੀਆਂ ਕੱਲੀਆਂ ਜਿਹੀਆਂ ਕਰਤੀਆਂ ਤੇ ਹੁਣ ਆਪਾਂ ਨੇ ਇਹਦੀਆਂ ਪਿੰਨੀਆਂ ਵੱਟ ਲੈਣੀਆਂ ਨੇ। ਲਓ ਜੀ ਆਪਾਂ ਲਾਉਂਦੇ ਹਾਂ ਠੰਡੇ ਪਾਣੀ ਦਾ ਹੱਥ, ਵਾਹਿਗੁਰੂ ਦਾ ਨਾਮ ਲੈ ਕੇ। ਲਓ ਜੀ ਬਹੁਤ ਸੋਹਣੀ ਵੱਤ ਆਪਣੀ, ਬਸ ਆਪਾਂ ਨੇ ਫਟਾਫਟ गर्म बहुत हुंदा इहनू हथ नहीं लगदा, जे वट्टियां जाण तां गर्म गर्म तां बहुत वधिया आ, ते नहीं अदरवाइज ठंडियां हो गईआं फिर नहीं इह वट हुंदियां। लो जी पिन्नियां मेरियां बण के तैयार हो गईआं, बड़ी सोहणी इहनां दी गुड़ दी तापमान संभै गया, बस इही ख्याल रखणा तुसीं, इक तां इहनां नूं मीडियम लो फ्लेम ते, तिल भी रोस्टड मीडियम लो फ्लेम ते करने आ, ते गुड़ भी लो फ्लेम ते मेल्ट करना आ। जदों गुड़ ते बबल जे लग जाण हुण समझ गए, समझो थोड़ा गुड़ तैयार आ पिन्नियां बनाउण वास्ते। अगर तुसीं ज़्यादा चढ़ा लूंगे तां पिन्नियां नहीं खाधियां जाणियां, सख्त हो जाणगियां। अगर तुसीं ज़्यादा नरम रख लूंगे तां तुसीं तुहाडियां पिन्नियां वट्टियां नहीं जाणियां। अगर तुसीं ठंडा कर लूंगे इहनूं समान नूं तां फिर भी नहीं तुहाडियां पिन्नियां वट्टियां जाणियां। गर्म गर्म ठंडे पाणी दा हथ ला के जिवें वट्टियां ने, ਜਿਵੇਂ ਮੈਂ ਵੱਟੀਆਂ ਨੇ ਉਵੇਂ ਉਵੇਂ ਵੱਟ ਲਿਓ ਤੁਸੀਂ ਵੀ। ਅਤੇ ਕੈਲਸ਼ੀਅਮ ਭਰਪੂਰ ਹੁੰਦੀਆਂ ਨੇ, ਬਹੁਤ ਵਧੀਆ ਹੁੰਦੀਆਂ ਨੇ ਇਹ, ਬਹੁਤ ਜ਼ਿਆਦਾ ਤਿਲਾਂ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ, ਪਰ ਇਹ ਖਾਧੇ ਜਾਂਦੇ ਨੇ ਸਰਦੀਆਂ ਵਿੱਚ। ਸਰਦੀਆਂ ਸਰਦੀਆਂ ਲੋਹੜੀ ਆ ਰਹੀ ਹੈ, ਗਰਮੀਆਂ ਵਿੱਚ ਨਹੀਂ ਖਾਧੇ ਜਾਂਦੇ ਇਹ, ਲੋਹੜੀ ਆ ਰਹੀ ਹੈ ਅਤੇ ਲੋਹੜੀ ਨੂੰ ਬਣਾ ਕੇ ਤੁਸੀਂ ਵੀ ਖਾਓ, ਮੇਰੀ ਰੈਸਪੀ ਨੂੰ ਦੇਖੋ, ਜ਼ਰੂਰ ਟਰਾਈ ਕਰਿਓ, ਬਣਾ ਕੇ ਖਾਇਓ। ਫੇਸਬੁੱਕ ਅਤੇ ਇੰਸਟਾ 'ਤੇ ਜਾ ਕੇ ਮੈਨੂੰ ਫੋਲੋ ਕਰਿਓ, ਜਿਹੜਾ ਲਿੰਕ ਹੋਏਗਾ ਉਹ ਡਿਸਕ੍ਰਿਪਸ਼ਨ ਵਿੱਚ ਪਾ ਦਾਂਗੇ, ਅਤੇ ਜ਼ਰੂਰ ਦੇਖਿਓ ਤੁਸੀਂ, ਟਰਾਈ ਕਰਿਓ। ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਲੋਹੜੀ।